ਇਹ ਤਸਵੀਰਾਂ ਉਸ ਮੈਰਿਜ ਪੈਲਸ ਦੀਆਂ ਨੇ ਜਿੱਥੇ ਵਿਆਹ ਵਾਲੇ ਦਿਨ ਲਾੜੇ ਦੀ ਦਰਦਨਾਕ ਮੌਤ ਹੋਈ ਹੈ। ਆਪਣੀ ਲਾੜੀ ਦੇ ਨਾਲ ਫੋਟੋਆਂ ਕਰਵਾ ਰਿਹਾ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈ ਗਿਆ। ਮੌਕੇ ਤੇ ਹੀ ਲਾੜੇ ਦੀ ਦਰਦਨਾਕ ਮੌਤ ਹੋਈ ਹੈ। ਕੈਮਰੇ ਦੇ ਵਿੱਚ ਪੂਰਾ ਮੰਜ਼ਰ ਕੈਦ ਹੋਇਆ ਹੈ। ਕਿਸ ਤਰੀਕੇ ਦੇ ਨਾਲ ਖੁਸ਼ੀ ਖੁਸ਼ੀ ਆਪਣੀ ਘਰਵਾਲੀ ਦੇ ਨਾਲ ਆਪਣੀ ਲਾੜੀ ਦੇ ਨਾਲ ਫੋਟੋਆਂ ਕਰਵਾ ਰਿਹਾ ਸੀ, ਅਚਾਨਕ ਛਾਤੀ ਦੇ ਵਿੱਚ ਦਰਦ ਉੱਠਿਆ। ਉਸ ਤੋਂ ਬਾਅਦ ਪਰਿਵਾਰ ਵਾਲੇ ਉਸਦੇ ਨੇੜੇ ਆ ਗਏ, ਸੰਭਾਲਣ ਦੀ ਕੋਸ਼ਿਸ਼ ਕੀਤੀ, ਸੋਫੇ ਤੇ ਬਿਠਾ ਦਿੱਤਾ। ਫਿਰ ਉਸਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਇਸ ਲਾੜੇ ਦੀ ਦਰਦਨਾਕ ਮੌਤ ਹੋਈ ਹੈ। ਬੰਗਾ ਦੇ ਮੁਕੰਦਪੁਰ ਰੋਡ ਤੇ ਇਹ ਪੈਲਸ ਹੈ ਜਿੱਥੇ NRI ਲਾੜੇ ਦੀ ਦਰਦਨਾਕ ਮੌਤ ਹੋਈ। ਇਹ ਪਰਿਵਾਰ ਬੰਗਾ ਦਾ ਹੀ ਰਹਿਣ ਵਾਲਾ, 4-5 ਮਹੀਨੇ ਪਹਿਲਾਂ ਅਮਰੀਕਾ ਤੋਂ ਆਪਣੇ ਜੱਦੀ ਪਿੰਡ ਆਇਆ ਸੀ ਵਿਆਹ ਦੇ ਲਈ, ਤਾਂ ਪੂਰੀ ਖੁਸ਼ੀ ਖੁਸ਼ੀ ਬਰਾਤ ਰਵਾਨਾ ਹੋਈ, 4 ਲਾਵਾਂ ਹੋਈਆਂ। ਉਸ ਤੋਂ ਬਾਅਦ ਜਦੋਂ ਪੈਲਸ ਦੇ ਵਿੱਚ ਗਏ ਜੈਮਾਲਾ ਤੋਂ ਬਾਅਦ ਫੋਟੋਆਂ ਕਰਵਾ ਰਹੇ ਸੀ, ਅਚਾਨਕ ਛਾਤੀ ਦੇ ਵਿੱਚ ਦਰਦ ਉੱਠਿਆ, ਦਿਲ ਦਾ ਦੌਰਾ ਪਿਆ ਤੇ ਲਾੜੇ ਦੀ ਦਰਦਨਾਕ ਮੌਤ ਹੋ ਗਈ। ਔਰ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ। ਜਿਸ ਘਰ ਦੇ ਵਿੱਚ ਬੈਂਡ ਵਾਜੇ ਵੱਜ ਰਹੇ ਸੀ ਉਸ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ। ਲਾੜੇ ਦੀ ਮਾਂ ਦੀ ਹਾਲਤ ਵੀ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸਨੂੰ ਵੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਵਿਆਹ ਵਾਲੇ ਦਿਨ ਹੀ ਇਸ ਲਾੜੇ ਦੀ, ਜੋ ਕਿ NRI ਸੀ, ਉਸਦੀ ਮੌਤ ਹੋਈ ਹੈ। ਸਟੇਜ ਦੇ ਉੱਪਰ ਹੀ ਹਾਰਟ ਅਟੈਕ ਆਇਆ। CCTV ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ। ਜੈਮਾਲਾ ਤੋਂ ਬਾਅਦ ਲਾੜਾ ਆਪਣੀ ਲਾੜੀ ਦੇ ਨਾਲ ਫੋਟੋਆਂ ਕਰਵਾ ਰਿਹਾ ਸੀ, ਅਚਾਨਕ ਉਸਨੂੰ ਦਿਲ ਦਾ ਦੌਰਾ ਪਿਆ। 4-5 ਮਹੀਨੇ ਪਹਿਲਾਂ ਅਮਰੀਕਾ ਤੋਂ ਆਇਆ ਸੀ, ਤਾਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ। ਆਪਣੀ ਲਾੜੀ ਦੇ ਨਾਲ ਫੋਟੋਆਂ ਕਰਵਾ ਰਹੇ ਲਾੜੇ ਦੀ ਵਿਆਹ ਵਾਲੇ ਦਿਨ ਮੈਰਿਜ ਪੈਲਸ ਦੇ ਵਿੱਚ ਹੀ ਦਰਦਨਾਕ ਮੌਤ ਹੋਈ ਹੈ। ਡਾਕਟਰ ਆ ਗਏ, ਇੱਕ ਡਾਕਟਰ ਮੈਨੂੰ ਵਿਆਹ ਵਿੱਚ ਵੀ ਪਈ ਆ ਸੀ, ਤੇ ਉਹਨੇ ਚੈੱਕਅਪ ਕੀਤਾ, ਕਹਿੰਦੇ ਵੈਸੇ ਏਦਾਂ ਹੀ ਤਾਂ ਗੱਲ ਨਿੱਕੀ ਕੀ ਗੱਲ ਆ, ਕਹਿੰਦਾ DJ ਬੰਦ ਕਰਾ ਦਿਓ। ਅੱਛਾ, ਕੱਲ੍ਹ ਜਿਹੜੀ ਗੱਲ ਕਹਿੰਦੇ ਡੈਡੀ DJ ਬੰਦ ਕਰਾ ਦਿਓ, ਮੈਨੂੰ ਕਹਿੰਦਾ ਘਬਰਾਹਟ ਬਹੁਤ ਹੁੰਦੀ ਹੈ। DJ ਬੰਦ ਕਰਦੇ ਥੋੜ੍ਹਾ ਟਾਈਮ, ਉਹ ਜਿੱਦਾਂ ਪਤਾ ਹੀ ਤੁਹਾਨੂੰ DJ ਕਰਦੇ ਹੁੰਦੇ, ਤਾਂ ਉਹ ਬੰਦ ਕਰਕੇ ਫਿਰ ਚਾਲੂ ਕਰਤਾ। ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਸੀ, ਕਹਿੰਦੇ ਅਸੀਂ ਤਾਂ ਡਿਊਟੀ ਤੇ ਇੱਦਾਂ ਬੈਠੇ ਸੀ, ਤੇ ਪੁੱਛਿਆ ਭੇਜਿਆ, ਕਹਿੰਦੇ ਡੈਡੀ ਐਵੇਂ ਡੈਡੀ ਨੂੰ ਕਹੋ, ਕਹਿੰਦੇ ਬੰਦ ਕਰਾ ਦਿਓ, ਮੈਂ ਬੰਦ ਵਾ ਬੰਦ ਕਰਤਾ। ਉਹ ਗੱਲ ਬਾਤੀ ਹੈ ਕਿ ਜਿਹੜੇ ਸੱਜਣ ਮਿੱਤਰ ਆਏ ਸਾਰੇ ਬੰਦ ਕਰਤਾ, ਹੋ ਗਿਆ ਸਾਰਾ ਕੁਛ ਹੋ ਗਿਆ ਸੀ, ਜੈਮਾਲਾ ਹੋ ਰਹੀ ਸੀ। ਮੈਨੂੰ ਕਹਿੰਦੇ ਜੀ ਜੈਮਾਲਾ ਤੇ ਇਕੱਠੇ ਆਇਓ ਤੁਸੀਂ, ਮੈਂ ਕੋਈ ਨੀ, ਮੈਂ ਕੀ ਕਰਨ ਦਾ, ਜੈਮਾਲਾ ਤੁਸੀਂ ਕਰਾ ਲਓ, ਅਸੀਂ ਨਾਲੇ ਖੜੇ। ਨਹੀਂ, ਸਿਹਤ ਨਹੀਂ ਇੰਨੀ ਖਰਾਬ ਸੀ ਮੈਡਮ, ਉੱਦਾਂ ਕਹਿੰਦੇ ਕਹਿ ਸਕਦੇ ਹਾਂ ਐਂਟੀ ਡਾਈਜੈਸਟ ਵਗੈਰਾ, ਇਹ ਇੱਦਾਂ ਇੱਕ ਦੋ ਵਾਰੀ ਹੋ ਚੁੱਕੀ ਹੈ। ਅਮਰੀਕਾ ਤੋਂ ਅਸੀਂ 2 ਫਰਵਰੀ ਨੂੰ ਆਏ, ਉਹ ਉੱਥੇ ਹੀ ਆ ਜੇ, ਉਹ ਹੁਣ